ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਸਿਮਰਜੀਤ ਸਿੰਘ ਬੈਂਸ ਨੇ ਖੋਲਿਆ ਮੁੜ ਸਰਕਾਰ ਖਿਲਾਫ ਮੋਰਚਾ, ਕਿਹਾ ਘਟੀਆ ਵਿਰਤੀ ਵਾਲਾ ਕੋਈ ਵੀ ਵੱਡੇ ਤੋਂ ਵੱਡਾ ਅਫਸਰ ਕਿਉਂ ਨਾ ਹੋਵੇ, ਨਹੀਂ ਚੁਕਾਵਾਂਗੇ ਸਿਰ। ਮੈਂ ਹਾਸਪਿਟਲ ਦੇ ਵਿੱਚ ਮ੍ਰਿਤਕਾਂ ਦਾ ਪਤਾ ਕਰਕੇ ਸਿਵਲ ਹਾਸਪਿਟਲ ਬਟਾਲਾ ਜਦੋਂ ਬਾਹਰ ਬਰਾਂਡੇ 'ਚ ਆਇਆ ਤੇ ਇੱਕ ਪਰਿਵਾਰ ਉੱਥੇ ਖੜਾ ਬਿਲਕ ਰਿਹਾ, ਰੋ ਰਿਹਾ, ਬਰਲਾਪ ਕਰ ਰਿਹਾ ਤੇ ਮੇਰੇ ਸਾਥੀਆਂ ਨੇ ਉਹਨਾਂ ਨੂੰ ਪੁੱਛਿਆ ਜਾ ਕੇ ਮੈਨੂੰ ਦੱਸਿਆ, ਮੈਂ ਪ੍ਰੈਸ ਦੇ ਨਾਲ ਗੱਲ ਕਰ ਰਿਹਾ, ਕਹਿੰਦੇ ਜੀ ਇੱਕ ਪਰਿਵਾਰ ਦੇ ਮੈਂਬਰ ਦੀ ਜਾਨ ਗਈ ਆ ਤੇ ਉਹਦੀ ਲਾਸ਼ ਨਹੀਂ ਮਿਲ ਰਹੀ। ਮੈਂ ਉਸ ਪਰਿਵਾਰ ਨੂੰ ਮਿਲਿਆ ਮੀਡੀਆ ਨਾਲ, ਵਿਹਲਾ ਹੋ ਗਿਆ ਜਦੋਂ ਗੱਲਬਾਤ ਮੀਡੀਆ ਦੇ ਨਾਲ ਹੋ ਗਈ, ਕਹਿੰਦੇ ਜੀ ਕੋਈ ਅਫਸਰ ਸਾਨੂੰ ਅਤਾ ਪਤਾ ਨਹੀਂ ਦੱਸ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੋ, ਤੁਸੀਂ ਸਭ ਖੂਬੀ ਜਾਣਦੇ ਹੋ ਬਟਾਲਾ ਫੈਕਟਰੀ ਬੰਬ ਧਮਾਕੇ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਅਤੇ ਬਟਾਲਾ ਦੇ ਡੀਸੀ ਦੇ ਵਿੱਚ ਜੋ ਬਹਿਸ ਹੋਈ ਸੀ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਤੇ ਮੀਡੀਆ ਦੇ ਵਿੱਚ ਇਸ ਖਬਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਉਛਾਲਿਆ ਗਿਆ ਸੀ ਤੇ ਨਾਲ ਹੀ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਇਹ ਇਲਜ਼ਾਮ ਵੀ ਪੰਜਾਬ ਸਰਕਾਰ ਉੱਤੇ ਲਗਾਏ ਗਏ ਸਨ ਕਿ ਇਹ ਸਿਟੀ ਸੈਂਟਰ ਘੁਟਾਲੇ ਦੇ ਨਾਲ ਹੀ ਜੋੜਿਆ ਗਿਆ ਹੈ ਤੇ ਉਸੇ ਤੋਂ ਤੰਗ ਆ ਕੇ ਬੈਂਸ ਦੇ ਉੱਤੇ ਇਹ ਪਰਚਾ ਕੀਤਾ ਗਿਆ ਹੈ ਕਿਉਂਕਿ ਸਿਮਰਜੀਤ ਸਿੰਘ ਬੈਂਸ ਬਹੁਤ ਜਲਦ ਕਰੋੜਾਂ ਦੇ ਇਸ ਸਿਟੀ ਸੈਂਟਰ ਘੁਟਾਲੇ ਨੂੰ ਜੱਗ ਜ਼ਾਹਿਰ ਕਰਨ ਵਾਲੇ ਸੀ ਤੇ ਕਾਂਗਰਸ ਸਰਕਾਰ ਦੀ ਪੋਲ ਖੋਲਣ ਵਾਲੇ ਸੀ। ਹਾਲ ਹੀ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਇੱਕ ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਹੋਇਆਂ ਅਸਲੀਅਤ ਦੱਸੀ ਕਿ ਆਖਿਰ ਕਿਉਂ ਉਹਨਾਂ ਨੇ ਬਹਿਸ ਕੀਤੀ ਸੀ ਡੀਸੀ ਦੇ ਨਾਲ ਤੇ ਆਖਿਰ ਕਿਹਨਾਂ ਦੇ ਨਾਲ ਉਹ ਪਿਆਰ ਕਰਦੇ ਨੇ, ਕਿਹਨਾਂ ਦਾ ਸਤਿਕਾਰ ਕਰਦੇ ਨੇ ਤੇ ਅਜਿਹੇ ਕਿਹੜੇ ਕਾਰਨ ਨੇ, ਕਿਹੜੇ ਅਫਸਰ ਨੇ ਜਿਹਨਾਂ ਦਾ ਉਹ ਕਦੇ ਚਾਹ ਕੇ ਵੀ ਸਤਿਕਾਰ ਨਹੀਂ ਕਰ ਸਕਦੇ। ਪੀੜਤ ਪਰਿਵਾਰਾਂ ਨੂੰ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ, ਆਦਰ ਤੇ ਸਤਿਕਾਰ ਸਹਿਤ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ। ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਕੁਟਾਨ ਕੋਟ ਧੰਨਵਾਦ ਕਰਦਾ। ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦਾ। ਕੰਮ ਆਪਣਾ ਸਾਈਡ ਤੇ ਕਰੋ, ਮੇਰੇ ਉੱਤੇ ਚੜ੍ਹ ਕੇ ਕਰਨਾ। ਮਾਝੇ ਦੇ ਸੂਰਬੀਰ ਯੋਧਿਆਂ ਦਾ ਧੰਨਵਾਦ ਕਰਦਾ। ਨਿਆਂ ਪਸੰਦ ਦੋਸਤਾਂ ਦਾ ਧੰਨਵਾਦ ਕਰਦਾ, ਭੈਣਾਂ ਤੇ ਭਰਾਵਾਂ ਦਾ ਦੁਨੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ, ਜਿਹੜੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਵਾਸਤੇ, ਜਿਹੜੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਵਾਸਤੇ ਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਵੱਡੀ ਗਿਣਤੀ 'ਚ ਇਕੱਠੇ ਹੋਏ। ਮੈਂ ਪ੍ਰੈਸ ਨੂੰ ਮਿਲ ਕੇ ਜਾਊਂਗਾ, ਚਾਹੇ ਮੈਂ ਪੁਲਿਸ ਖੜੀ ਹੈ ਨਾ ਗ੍ਰਿਫਤਾਰ ਕਰਨ ਵਾਸਤੇ, ਮੈਂ ਤੁਹਾਨੂੰ 5 ਮਿੰਟ ਲਾ ਕੇ ਫੇਰ ਜਾਣਾ, ਤੁਹਾਡੇ ਨਾਲ ਵਾਅਦਾ ਮੇਰਾ। ਥੋੜਾ ਜਿਹਾ
ਪਿੱਛੇ ਹੋ ਜਾਓ, ਥੋੜਾ ਜਿਹਾ ਪਿੱਛੇ ਹੋ ਜਾਓ। ਦੋਸਤੋ ਉਹ ਮਨਹੂਸ ਦਿਨ ਜਿੱਦਣ ਬਾਬੇ ਨਾਨਕ ਦਾ ਵਿਆਹ ਪੁਰਬ ਸੀਗਾ, ਜਿੱਦਣ ਪੂਰੀ ਦੁਨੀਆ ਦੀਆਂ ਨਿਗਾਹਾਂ ਵਿਆਹ ਪੁਰਬ ਤੇ ਲੱਗੀਆਂ ਸੀ, ਤੇ ਸਾਡੀਆਂ ਉਹ ਤਿਆਰੀਆਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਮਨਾਉਣ ਲਈ ਇਕੱਲੇ ਸਿੱਖ ਨਹੀਂ, ਸਾਰੀ ਕਾਇਨਾਤ, ਹਿੰਦੂ ਮੁਸਲਿਮ ਸਿੱਖ ਈਸਾਈ, ਬਹੁਤ ਵੱਡੀਆਂ ਪੱਧਰ ਤੇ ਤਿਆਰੀਆਂ। ਉਸ ਦਿਨ ਇੱਕ ਦੁਖਾਂਤ ਵਾਪਰਿਆ, 23 ਜਾਨਾਂ ਗਈਆਂ 24ਵੀਂ ਦੋ ਚਾਰ ਦਿਨ ਬਾਅਦ। ਤੇ ਦੋਸਤੋ ਇਹ ਦੁਖਾਂਤ ਇਸੇ ਫੈਕਟਰੀ ਦੇ ਵਿੱਚ 2017 ਦੇ ਵਿੱਚ ਵਾਪਰਿਆ, ਇੱਕ ਵਰਕਰ ਦੀ ਮੌਤ ਹੋਈ ਤੇ ਕਈ ਜ਼ਖਮੀ ਹੋਏ, 24 ਵਿਅਕਤੀਆਂ ਦਾ ਦੁਖਾਂਤ, ਤੇ ਬਹੁਤ ਸਾਰੇ ਪੀੜਤ ਪਰਿਵਾਰ ਐਸੇ ਜਿਹਨਾਂ ਨੂੰ ਆਪਣੇ ਮ੍ਰਿਤਕਾਂ ਦੀ ਲਾਸ਼ ਨਹੀਂ ਸੀ ਲੱਭ ਰਹੀ। ਹੋਇਆ ਕਿ ਤੁਸੀਂ ਨਹੀਂ ਨਾਲ ਸੀਗੇ, 5-7-10 ਜਾਣੇ ਮੇਰੇ ਨਾਲ ਸੀ। ਮੈਂ ਹਸਪੀਟਲ ਦੇ ਵਿੱਚ ਮ੍ਰਿਤਕਾਂ ਦਾ ਪਤਾ ਕਰਕੇ ਸਿਵਲ ਹਸਪੀਟਲ ਬਟਾਲਾ ਜਦੋਂ ਬਾਹਰ ਬਰਾਂਡੇ 'ਚ ਆਇਆ ਤੇ ਇੱਕ ਪਰਿਵਾਰ ਉੱਥੇ ਖੜਾ ਬਿਲਕ ਰਿਹਾ, ਰੋ ਰਿਹਾ, ਬਰਲਾਪ ਕਰ ਰਿਹਾ, ਅੱਜ ਵੀ ਇਸ ਪੰਡਾਲ ਦੇ ਵਿੱਚ ਹਾਜ਼ਰ। ਤੇ ਮੇਰੇ ਸਾਥੀਆਂ ਨੇ ਉਹਨਾਂ ਨੂੰ ਪੁੱਛਿਆ ਜਾ ਕੇ, ਮੈਨੂੰ ਦੱਸਿਆ, ਮੈਂ ਪ੍ਰੈਸ ਦੇ ਨਾਲ ਗੱਲ ਕਰ ਰਿਹਾ, ਕਹਿੰਦੇ ਜੀ ਇੱਕ ਪਰਿਵਾਰ ਦੇ ਮੈਂਬਰ ਦੀ ਜਾਨ ਗਈ ਆ ਤੇ ਉਹਦੀ ਲਾਸ਼ ਨਹੀਂ ਮਿਲ ਰਹੀ। ਮੈਂ ਉਸ ਪਰਿਵਾਰ ਨੂੰ ਮਿਲਿਆ ਮੀਡੀਆ ਨਾਲ, ਵਿਹਲਾ ਹੋ ਗਿਆ ਜਦੋਂ ਗੱਲਬਾਤ ਮੀਡੀਆ ਦੇ ਨਾਲ ਹੋ ਗਈ, ਕਹਿੰਦੇ ਜੀ ਕੋਈ ਅਫਸਰ ਸਾਨੂੰ ਅਤਾ ਪਤਾ ਨਹੀਂ ਦੱਸ ਰਿਹਾ, 24-25 ਘੰਟੇ ਹੋ ਗਏ ਦੱਸਣਾ ਕੀਤਾ। ਕਹਿੰਦੇ ਉੱਪਰ ਕਮਰੇ ਦੇ ਵਿੱਚ ਡੀਸੀ ਸਾਹਿਬ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਿਹਾ। ਮੈਂ ਫਿਰ ਦੱਸਣਾ ਚਾਹੁੰਦਾ, ਬੈਂਸ ਕਿਸੇ ਉਸ ਵਿਅਕਤੀ ਦਾ ਜਿਹੜਾ ਇਮਾਨਦਾਰ ਹੈ, ਜਿਹੜਾ ਜਨਤਾ ਨੂੰ ਆਪਣੀ ਡਿਊਟੀ ਨਿਮਰਤਾ ਦੇ ਨਾਲ ਡਿਸਚਾਰਜ ਕਰਦਾ, ਹੈਟ ਆਫ ਸਲੂਟ ਹੈ। ਜਿਹੜਾ ਬੇਈਮਾਨ ਹੈ ਉਹ ਕਿਸੇ ਕੁਰਸੀ ਤੇ ਬੈਠਾ, ਉਹ ਕਿਸੇ ਅਹੁਦੇ ਤੇ ਬੈਠਾ। ਯਾਦ ਹੈ 2012-17 ਉਹ ਟੱਬਰ ਜਿਹੜਾ ਆਪਣੇ ਆਪ ਨੂੰ ਜ਼ਕਰੀਆ ਖਾਨ ਸਮਝਦਾ ਸੀ, ਬਾਦਲ ਇਹ ਬੈਂਸ ਹੈ, ਔਕਾਤ ਕੁਛ ਨਹੀਂ ਬੈਂਸ ਦੀ, ਪਰ ਗੁਰੂ ਦੀ ਕਿਰਪਾ ਤੇ ਤੁਹਾਡੀਆਂ ਦੁਆਵਾਂ ਨੇ ਉਹਨਾਂ ਦੇ ਅੱਗੇ ਨਹੀਂ ਝੁਕਿਆ ਕਦੇ। ਉਹ ਗੱਲ ਜਿਹੜੀ ਪੰਜਾਬ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ ਦੇਸ਼ ਆਜ਼ਾਦ ਹੋਇਆ, ਸਿਮਰ ਬੈਂਸ ਕੋਈ ਆਟੇ ਦਾ ਦੀਵਾ ਨਹੀਂ ਵੀ ਚੂਹੇ ਚੱਕੀ ਫਿਰਨਗੇ। ਮੈਂ ਦੱਸਣ ਲੱਗਿਆ ਹੰਕਾਰੀ ਤੇ ਬੇਈਮਾਨੀਆਂ ਦਾ, ਹੰਕਾਰੀ ਤੇ ਬੇਈਮਾਨ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਸਮਝਦੇ ਸੀ ਅਸੀਂ ਜ਼ਕਰੀਆ ਖਾਨ ਹੈ,
2012 ਤੋਂ 17 ਦੇਸ਼ ਆਜ਼ਾਦ ਹੋਇਆ 47 ਦੇ ਵਿੱਚ, ਅੱਜ ਤੱਕ ਕਿਸੇ ਐਮਐਲਏ ਨੇ, ਕਿਸੇ ਪਾਰਟੀ ਦੇ ਐਮਐਲਏ ਨੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਮੰਦਿਰ ਤੇ ਗੁਰਦੁਆਰੇ ਨਾਲੋਂ ਵੱਧ ਪਵਿੱਤਰ ਹੈ, ਅੱਜ ਤੱਕ ਕਿਸੇ ਐਮਐਲਏ ਨੇ ਪਾਣੀ ਦੀ ਕੀਮਤ ਵਸੂਲਣ ਵਾਸਤੇ ਇੱਕ ਸ਼ਬਦ ਨਹੀਂ ਸੀ ਬੋਲਿਆ। ਤੇ ਮੈਂ ਬਿੱਲ ਲੈ ਕੇ ਗਿਆ ਜਨਵਰੀ 2016 ਦੇ ਵਿੱਚ ਕਿ ਅਸੀਂ ਰਾਜਸਥਾਨ ਤੋਂ 15,34,400 ਕਰੋੜ ਰੁਪਈਆ ਲੈਣਾ, ਤੇ ਮੈਨੂੰ 2 ਵਾਰ ਬਾਦਲਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਪਿਆ। ਮੇਰੇ ਕੱਪੜੇ ਪਾੜ ਕੇ ਕੁੱਟਦੇ ਹੋਏ ਮੈਨੂੰ ਹਾਈ ਕੋਰਟ ਚੌਂਕ ਸੱਟ ਕੇ ਆਉਂਦੇ ਸੀ। ਮੈਨੂੰ ਸਾਡੀ ਦਾਤਰੀ, ਅਸੀਂ ਮੈਨੂੰ ਦੇ ਸੋਏ, ਜੋ ਜੋ ਮੈਨੂੰ ਵੜਦਾ ਅਸੀਂ ਦੂਣ ਸਵਾਏ ਹੋਏ। 2 ਵਾਰੀ ਕੁੱਟ ਲਿਆ। ਉਹ ਇਤਿਹਾਸਕ ਦਿਨ ਜਿੱਦਣ ਕੁਦਰਤ ਨੇ ਜਿਹੜੀ ਤੁਹਾਨੂੰ ਦਾਤ ਬਖਸ਼ਿਸ਼ ਕੀਤੀ ਆ, ਪੰਜਾਬ 2.5 ਰਹਿ ਗਏ ਆਜ਼ਾਦੀ ਤੋਂ ਬਾਅਦ, ਰਾਵੀ ਬਿਆਸ ਤੇ ਸਤਲੁਜ, ਤੇ ਉਹ ਕਾਨੂੰਨ ਬਣ ਗਿਆ, ਪਾਸ ਹੋ ਗਿਆ ਕਿ ਅਸੀਂ ਪਾਣੀ ਦੀ ਕੀਮਤ ਰਾਜਸਥਾਨ ਸਮੇਤ ਦਿੱਲੀ ਹਰਿਆਣਾ ਕੋਲੋਂ ਲੈਣੀ ਹੈ। ਪਰ ਅਫਸੋਸ, ਮੈਂ ਗਿਆ, ਉਹ ਪਰਿਵਾਰ ਮੈਨੂੰ ਦੱਸ ਰਿਹਾ ਕਿ ਉੱਤੇ ਡੀਸੀ ਸਾਹਿਬ ਬੈਠੇ ਆ, ਗੱਲ ਨੀ ਸਾਡੀ ਸੁਣ ਰਹੇ, ਅਫਸਰਸ਼ਾਹੀ ਬੈਠੀ ਆ। ਮੈਂ ਚਲੋ ਮੈਂ ਤੁਹਾਡੇ ਨਾਲ ਚੱਲਦਾ, ਮੈਂ ਨਾਲ ਜਾਂਦਾ, ਮੇਰੇ ਨਾਲ ਪੀੜਿਤ ਪਰਿਵਾਰ ਹੈ ਦੋਸਤੋ। ਉੱਥੇ SSP ਮੌਜੂਦ ਆ ਗੁਰਦਾਸਪੁਰ, ਉੱਥੇ ਹੋਰ ਅਫਸਰਸ਼ਾਹੀ ਮੌਜੂਦ ਆ। ਕਿਸੇ ਨੂੰ ਨੀ, ਮੈਂ ਕਿਸੇ ਦਾ ਨਾਂ ਨੀ ਲਊਂਗਾ ਵੀ ਕਿਸੇ ਨੇ ਇੱਕ ਸ਼ਬਦ ਆਪਣੇ ਮੂੰਹ ਚੋਂ ਬੋਲਿਆ ਹੋਵੇ। ਡੀਸੀ ਸਾਹਿਬ ਆਪਣੀ ਕੁਰਸੀ ਤੋਂ ਉੱਠ ਕੇ ਖੜੇ ਹੋਏ, ਗੈਟ ਆਊਟ, ਤੁਹਾਨੂੰ ਅੰਦਰ ਕਿਹਨੇ ਆਉਣ ਦਿੱਤਾ, ਬਾਹਰ ਚਲੋ। ਮੈਂ ਕੁਰਸੀ ਤੇ ਬੈਠਦਾ, ਮੈਂ ਡੀਸੀ ਸਾਹਿਬ ਕਹਿੰਦਾ ਉਹਨਾਂ ਨੂੰ, ਉਹਨਾਂ ਦੇ ਡੀਸੀ ਦੇ ਅਹੁਦੇ ਦਾ ਸਤਿਕਾਰ ਕਰਦਾ। ਮੈਂ ਤੁਸੀਂ ਵੀਡੀਓ ਸੁਣੀ ਆ, ਉਦੋਂ ਪਹਿਲਾਂ ਦੀ ਵੀਡੀਓ ਵੀ ਹੈਗੀ ਆ। ਮੈਂ ਡੀਸੀ ਸਾਹਿਬ ਇੰਨੇ ਆਪਣੇ ਤੋਂ ਬਾਹਰ, ਐਸਾ ਤੁਹਾਡਾ ਰਵੱਈਆ, ਇਹ ਸਮਾਂ ਲੋਕਾਂ ਦੇ ਨਾਲ ਹਮਦਰਦੀ ਜਤਾਉਣ ਦਾ, ਇਹ ਸਮਾਂ ਉਹਨਾਂ ਪਰਿਵਾਰਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦਾ, ਇਹ ਸਮਾਂ ਕੌੜੇ ਬੋਲ ਬੋਲ ਕੇ ਮਿਰਜ਼ਾ ਦੇ ਨਮਕ ਛਿੜਕਣ ਦਾ ਨਹੀਂ। ਜਦੋਂ ਡੀਸੀ ਸਾਹਿਬ ਨਹੀਂ ਹਟਦੇ ਤੇ ਫਿਰ ਮੈਂ ਉਹਨਾਂ ਨੂੰ ਕਹਿੰਦਾ, ਡੀਸੀ ਸਾਹਿਬ ਇਹ ਦਫ਼ਤਰ ਤੇਰੇ ਬਾਪ ਦਾ ਨਹੀਂ। ਹੁਣ ਸੂਝਵਾਨ ਸੱਜਣ ਬੈਠੇ ਹੋ, ਮਾਂ ਤੇ ਬਾਪ ਪਵਿੱਤਰ ਲਫ਼ਜ਼ ਹੈ ਸਾਡੀ ਸੰਸਕ੍ਰਿਤੀ ਦੇ ਵਿੱਚ, ਇਕੱਲੇ ਪੰਜਾਬ ਨਹੀਂ ਦੇਸ਼ ਦੀ ਸੰਸਕ੍ਰਿਤੀ ਦੇ। ਉਹ ਤੂੰ ਤੇ ਤੁਸੀਂ ਤਾਂ ਏਡਾ ਬਵੇਲਾ ਖੜਾ ਕਰ ਲਿਆ, ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ, ਅੱਗ ਕਿਤੇ ਆ ਤੇ ਧੂੰਆਂ ਕਿਤੇ, ਅੱਗ ਲੱਗੀ ਗਰਾਇਆ ਤੇ ਧੂੰਆਂ ਨਿਕਲਿਆ ਬੋਪਰ ਆਇਆ, ਅੱਗ ਲੱਗਦੀ ਆ ਬਟਾਲੇ ਦੇ ਵਿੱਚ, ਧੂੰਆਂ ਨਿਕਲਦਾ ਕੈਪਟਨ ਦੇ ਮਹਿਲਾਂ ਦੇ ਵਿੱਚ ਜਾ ਕੇ। ਮੈਂ ਉਸ ਦਿਨ ਪ੍ਰੈਸ ਨੂੰ ਦੱਸਦਾ ਸੀ, 2 ਦਿਨ ਬਾਅਦ FIR, ਦੂਜੇ ਦਿਨ ਜਾ ਕੇ FIR ਦਰਜ ਹੁੰਦੀ ਹੈ। SSP ਮੌਕੇ ਤੇ ਮੌਜੂਦ ਹੈ, DC, SDM, ADC ਮੌਕੇ ਤੇ ਮੌਜੂਦ ਹੈ, ਤੇ ਜੇ DC ਜਾਂ SDM ਵੱਲੋਂ FIR ਦਰਜ ਹੋਣੀ ਹੁੰਦੀ ਤੇ ਮੌਕੇ ਤੇ ਹੁੰਦੀ। ਦੂਸਰੇ ਦਿਨ ਨਹੀਂ, SSP ਖੁਦ ਮੌਜੂਦ, ਦੂਸਰੇ ਦਿਨ ਮੈਂ ਮੀਡੀਆ ਤੇ ਪ੍ਰੈਸ ਸੱਦਿਆ, ਮੈਂ ਜਿਹੜੀ FIR ਦਰਜ ਹੋਈ ਹੈ ਇਹ ਚੁਬਨ ਹੈ ਕੈਪਟਨ ਅਮਰਿੰਦਰ ਸਿੰਘ ਦੇ, ਚੁੰਡੀ ਹੈ, ਇਹ ਕੈਪਟਨ ਅਮਰਿੰਦਰ ਸਿੰਘ ਦੇ ਆਰਡਰਾਂ ਦੇ ਉੱਤੇ FIR ਦਰਜ ਹੋਈ ਹੈ। ਕਾਰਨ ਹੈ ਕੈਪਟਨ ਅਮਰਿੰਦਰ ਸਿੰਘ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ, 2002 ਤੋਂ 2007 ਵੱਡੀ ਠੱਗੀ, ਤੇ ਲੁਧਿਆਣਾ ਇੰਪਰੂਵਮੈਂਟ, ਲੁਧਿਆਣਾ ਸਿਟੀ ਸੈਂਟਰ ਸਕੈਮ, 1100 ਕਰੋੜ ਰੁਪਏ ਦਾ ਗਬਨ।
ਕੈਪਟਨ ਦਾ ਸਾਰਾ ਟੱਬਰ ਉਹਦੇ ਚ ਸ਼ਾਮਿਲ ਹੈ। ਉਹ ਦੋਸਤੋ ਬਾਦਲਾਂ ਦੇ ਨਾਲ ਹੋ ਗਈ ਸੰਧੀ। ਬਾਦਲ 2017 ਦੇ ਵਿੱਚ ਜਾਂਦੇ ਜਾਂਦੇ ਸੈਸ਼ਨ ਕੋਰਟ ਲੁਧਿਆਣਾ ਦੇ ਵਿੱਚ ਇੱਕ ਚਿੱਠੀ ਲੁਕੋਮੀ ਜੀ ਫਿੱਟ ਕਰਕੇ ਕਹਿੰਦੇ ਇਸ ਕੇਸ ਦੇ ਵਿੱਚ ਕੁਛ ਨਹੀਂ ਹੈਗਾ। ਕੈਪਟਨ ਸਾਹਿਬ ਬਣਦੇ ਆ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਗ੍ਰਹਿ ਵਿਚਾਰਤ ਰੱਖਦੇ ਆਪਣੇ ਪੋਏ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਕੀ ਜਨਾਜ਼ਾ ਨਿਕਲਿਆ ਮੇਰੇ ਨਾਲੋਂ ਵੱਧ ਜਾਣਦੇ ਹੋ। ਕੋਈ ਧੀ ਭੈਣ ਬਾਜ਼ਾਰ ਦੇ ਵਿੱਚ ਆਪਣੀਆਂ ਵਾਲੀਆਂ ਨੂੰ ਹੱਥ ਰੱਖ ਕੇ ਨਿਕਲਦੀ ਆ, ਪਰਸ ਖੋਲ ਖੋਲ ਕੇ ਰੱਖਦੀ ਹੈ, ਕੈਸਾ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲਿਆ ਹੋਇਆ। ਸਿਰਫ ਤੇ ਸਿਰਫ ਸਿਟੀ ਸੈਂਟਰ ਸਕੈਮ ਤੋਂ ਬਚਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੋਸਤੋ ਗ੍ਰਹਿ ਵਿਚਾਰਤ ਕੋਲੇ ਰੱਖਦੇ। ਉਹ ਵਿਜੀਲੈਂਸ ਪੁਲਿਸ ਸਭ ਤੋਂ ਵੱਡੀ ਡਕੈਤ ਪੰਜਾਬ ਦੀ ਵਿਜੀਲੈਂਸ ਪੁਲਿਸ, ਚਲੋ ਜਾਓ ਕਿਸੇ ਵਿਜੀਲੈਂਸ ਜ਼ਿਲ੍ਹੇ ਦੇ ਦਫ਼ਤਰ ਦੇ ਵਿੱਚ ਦੱਸ ਦਿਓ ਜਾ ਕੇ ਵੀ ਫਲਾਨਾ ਤਹਿਸੀਲਦਾਰ ਪੈਸੇ ਮੰਗਦਾ, ਪਹਿਲਾਂ ਟੈਲੀਫੋਨ ਕਰ ਦਿੰਦੇ ਆ ਵੀ ਭਾਈ ਤੇਰੀ ਸ਼ਿਕਾਇਤ ਆ ਗਈ, ਸੁਚੇਤ ਹੋ ਜਾ, ਅਲਰਟ, ਕਿਉਂਕਿ ਮਹੀਨਾ ਜਾਂਦਾ ਹਰੇਕ ਦਫ਼ਤਰ ਦੇ ਵਿੱਚੋਂ। ਉਹ ਵਿਜੀਲੈਂਸ ਪੁਲਿਸ ਜਿਹੜੀ 85 ਕਿਲੋ ਦਾ ਚਲਾਨ ਸੈਸ਼ਨ ਕੋਰਟ ਲੁਧਿਆਣਾ ਚ ਦੇ ਕੇ ਆਉਂਦੀ ਹੈ, ਉਹੀ ਵਿਜੀਲੈਂਸ ਪੁਲਿਸ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਦੇਣ ਜਾਂਦੀ ਹੈ, ਕੇਸ ਬੰਦ ਕਰ ਕਰ। ਤੇ ਦੋਸਤੋ ਮੈਂ ਹਾਈ ਕੋਰਟ ਚ ਗਿਆ, ਕੱਲ 19 ਤਰੀਕ ਲੰਘ ਕੇ ਗਈ ਆ, ਤਰੀਕ ਪਈ ਹੈ, ਨੋਟਿਸ ਹੋਇਆ ਸਰਕਾਰ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੰਤਾ ਸਤਾਉਣ ਲੱਗ ਪਈ। ਯਾਰ ਇਸ ਉਮਰ ਦੇ ਵਿੱਚ ਜਿਹੜਾ ਆਯਾਸ਼ ਬੰਦਾ ਹੋਵੇ ਉਹ ਕੱਟ ਸਕਦਾ ਕਦੇ ਜੇਲ੍ਹ? ਇਹ ਤਾਂ ਮੈਂ ਕਹਿ ਕੇ ਹਟਿਆ ਨਾ ਕਿ ਅਸੀਂ ਉਸ ਵਿਰਸੇ ਦੇ ਵਾਰਸ ਸਾਂ, ਜਿਹੜਾ ਵਿਰਸਾ ਸ਼ਹੀਦ ਆਜ਼ਮ ਭਗਤ ਸਿੰਘ ਦਾ, ਜਿਹੜਾ ਵਿਰਸਾ ਸੁਖਦੇਵ ਰਾਜਗੁਰੂ ਲਾਲਾ ਲਾਜਪਤ ਰਾਏ ਦਾ, ਜਿਹੜਾ ਵਿਰਸਾ ਊਧਮ ਸਿੰਘ ਸੁਨਾਮ ਤੋਂ ਸਾਨੂੰ ਮਿਲਿਆ ਵਿਰਸੇ ਦੇ ਵਿੱਚੋਂ, ਅਸੀਂ ਉਸ ਵਿਰਸੇ ਤੋਂ ਨਹੀਂ, ਅਸੀਂ ਉਸ ਵਿਰਸੇ ਤੋਂ ਨਹੀਂ, ਅਸੀਂ ਉਸ ਵਿਰਸੇ ਚੋਂ ਨਹੀਂ ਜੇ ਜਲਿਆਂ ਵਾਲੇ ਬਾਗ ਦੇ ਵਿੱਚ ਤਾਂਡ ਅਨੇਕਾਂ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਜਨਰਲ ਡਾਇਰ ਮਜੀਠੀਆਂ ਦੇ ਘਰੇ ਰਾਤ ਨੂੰ ਜਾ ਕੇ ਕਰੇ ਡਿਨਰ, ਅਸੀਂ ਉਸ ਪਰਿਵਾਰਾਂ ਦੇ ਵਿੱਚੋਂ ਨਹੀਂ, ਸਾਡੇ ਕੋਲ ਉਹ ਵਿਰਸਾ ਨਹੀਂ। ਤੇ ਜਨਰਲ ਡਾਇਰ ਨੂੰ ਪਟਿਆਲਾ ਸ਼ਾਹੀ ਖਾਨਦਾਨ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਤੇ ਪੜਦਾਦੇ ਮਹਿਲਾਂ ਦੇ ਵਿੱਚ ਬੁਲਾ ਕੇ ਕਰਨ ਸਨਮਾਨ, ਤੁਸੀਂ ਉਸ ਵਿਰਸੇ ਦੇ ਵਾਰਸ ਨਹੀਂ। ਸਾਡੇ ਕੋਲ ਵਿਰਸਾ ਮਹਾਨ, ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ, ਚਾਹੇ ਉਹ ਹਿੰਦੂ ਆ, ਮੁਸਲਿਮ ਆ, ਸਿੱਖ ਆ, ਈਸਾਈ ਹੈ, ਦੇਸ਼ ਨੂੰ ਯਾਦ ਕਰਾਉਣ ਦੇ ਵਿੱਚ ਚੁਬਲ ਹੋ ਗਈ ਕਿ ਹੁਣ ਮੈਨੂੰ ਇਸ ਉਮਰ ਦੇ ਵਿੱਚ ਜੇਲ੍ਹ ਕੱਟੀ ਨਹੀਂ ਜਾਣੀ। ਚਟਾਲਾ ਦੇ ਲਾਲੂ ਪ੍ਰਸ਼ਾਦ ਯਾਦਵ ਸਾਡੇ ਦੇਸ਼ ਦਾ ਸੰਵਿਧਾਨ ਲਚਕੀਲਾ, ਜਿੰਨੀ ਦੇਰ ਮਰਜ਼ੀ ਖਿੱਚ ਖਿੱਚ ਕੇ ਲੰਬਾ ਕਰਦੇ ਆ, ਲੀਡਰ ਕਠੋਰ ਲਚਕੀਲਾ ਤੇ ਕਠੋਰ, ਕਠੋਰਤਾ ਦਿਖਾਈ ਲਾਲੂ ਪ੍ਰਸ਼ਾਦ ਯਾਦਵ ਚੱਕੀ ਪੀਸਦਾ ਜੇਲ੍ਹ ਦੀ ਕੋਠੜੀ ਦੇ ਵਿੱਚ ਕਰਪਸ਼ਨ ਦੇ ਕੇਸਾਂ ਦੇ। ਚਟਾਲਾ ਪਰਿਵਾਰ ਭਰਤੀ ਕੱਪੜੇ ਦੇ ਵਿੱਚ ਪਿਓ ਪੁੱਤ ਹਾਰ ਜੇਲ੍ਹ ਦੀ ਚੱਕੀ ਪੀਸ ਰਹੇ ਆ, ਬੰਦ ਆ ਕਾਲ ਕੋਠੜੀ ਦੇ ਵਿੱਚ। ਕੈਪਟਨ ਸਾਹਿਬ ਨੂੰ ਯਾਦ ਹੋਣਾ ਵੀ ਯਾਰ ਕਰਾਂਗੇ ਕਿ ਰੋੜਾ ਕੌਣ ਹੈ, ਰੋੜਾ ਬੈਂਸ ਨੂੰ ਕਿਵੇਂ ਹਟਾਇਆ ਜਾਵੇ, ਸੰਗਤ ਦੀ ਹਾਜ਼ਰੀ ਰੱਬ ਦੀ ਹਾਜ਼ਰੀ। ਕੈਪਟਨ ਅਮਰਿੰਦਰ ਸਿੰਘ ਦੇ ਜਦੋਂ ਮੈਂ ਹਾਈ ਕੋਰਟ 'ਚ ਕੇਸ ਪਾਇਆ, ਅਹਿਲਕਾਰ ਮੇਰੇ ਕੋਲ ਆਏ, ਕਹਿੰਦੇ ਬੈਂਸ ਸਾਹਿਬ ਤੇਰੀ ਕੈਪਟਨ ਦੇ ਨਾਲ ਕੀ ਜਾਤੀ ਦੁਸ਼ਮਣੀ ਹੈ? ਮੈਂ ਬੜਾ ਸਤਿਕਾਰ ਕਰਦਾ ਕੈਪਟਨ ਸਾਹਿਬ ਦਾ, ਜਾਤੀ ਤੌਰ ਤੇ ਦੁਸ਼ਮਣੀ ਕੋਈ ਨਹੀਂ, ਦੱਸੋ ਕਿਵੇਂ ਆਇਆ? ਕਹਿੰਦੇ ਤੂੰ ਹਾਈ ਕੋਰਟ ਦੇ ਵਿੱਚ ਕੇਸ ਪਾ ਦਾ, ਤੇਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਕਰਾਉਣ, ਸੱਚਾਈ ਬਿਆਨ ਕਰਨ ਲੱਗਿਆ ਸੱਚਾਈ। ਤੇ ਮੈਂ ਉਹਨਾਂ ਅਹਿਲਕਾਰਾਂ ਨੂੰ ਜਵਾਬ ਕੀ ਦਿੱਤਾ? ਮੈਂ ਕਿਹਾ ਮੈਂ ਚੱਲੂਗਾ
ਮੈਂ ਤੁਹਾਡੇ ਨਾਲ ਮੁੱਖ ਮੰਤਰੀ ਦੀ ਮੀਟਿੰਗ ਦੇ ਵਿੱਚ ਚੱਲਾਂਗਾ, ਮੀਡੀਆ ਤੇ ਪ੍ਰੈਸ ਨੂੰ ਦੱਸ ਕੇ ਚੱਲਾਂਗਾ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸ਼ਰਤ ਮੇਰੇ ਵੱਲੋਂ ਲਾ ਦਿਓ ਕਿ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਭੇਜ ਦਿਓ, ਮੈਂ ਸਿਲੰਡਰ ਕਰ ਦੂੰ, ਕਹਿ ਦੂੰ ਮੈਂ ਵਿਕ ਗਿਆ। ਮੀਡੀਆ ਤੇ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਜਾਊਂਗਾ ਕਿ ਬੈਂਸ ਵਿਕਿਆ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਵਿੱਚ ਕੋਈ ਬੈਂਸ ਅਦਾਲਤੀ ਕੇਸ ਨਹੀਂ ਪਾਏਗਾ, ਬਸ਼ਰਤੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਪੰਜਾਬ ਅੱਜ ਸਾਡਾ ਕੰਗਾਲ, 3 ਲੱਖ ਕਰੋੜ ਰੁਪਏ ਦਾ ਸਾਡਾ ਕਿਸਾਨ, ਸਾਡਾ ਖੇਤ ਮਜ਼ਦੂਰ 1 ਲੱਖ ਕਰੋੜ ਰੁਪਏ ਦਾ ਕਰਜ਼ਾਈ ਜਾਂ ਬਿੱਲ ਬਣਾ ਕੇ ਭੇਜ ਕਿ ਮੈਂ ਕਹੂੰਗਾ ਕਿ ਮੈਂ ਵਿਕਿਆ ਆਪਣੇ ਸੂਬੇ ਵਾਸਤੇ, ਲੋਕਾਂ ਵਾਸਤੇ, ਮਜ਼ਦੂਰਾਂ ਵਾਸਤੇ, ਕਿਸਾਨਾਂ ਵਾਸਤੇ, ਖੁਦਕੁਸ਼ੀਆਂ ਰੋਕਣ ਵਾਸਤੇ ਪੰਜਾਬ ਦੇ ਅੰਦਰ ਮੈਂ ਵਿਕਿਆ। ਉੱਠ ਕੇ ਚਲੇ ਗਏ ਕਿਉਂਕਿ ਜੇ ਬਿੱਲ ਬਣਾ ਕੇ ਭੇਜਦਾ ਫਿਰ ਤਾਂ ਮੁੱਖ ਮੰਤਰੀ ਦੀ ਕੁਰਸੀ ਪਹਿਲਾਂ ਹੀ ਡਰੂਗਾ। ਹੋਇਆ ਕੀ ਹੈ, 24 ਪੀੜਤ ਪਰਿਵਾਰ ਮੁਆਵਜ਼ਾ ਕਿੰਨਾ, 2-2 ਲੱਖ ਰੁਪਈਆ, 25-25 ਹਜ਼ਾਰ ਰੁਪਈਆ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ। ਯਾਰ ਅਫਸੋਸ ਹੈ, ਕੋਈ ਨਿਆਂ ਦੇ ਦਿਓ। ਕੀਤਾ ਕੀ ਕਹਿੰਦੇ, ਮਜਿਸਟਰੇਟੀ ਜਾਂਚ ਯਾਦ ਆ ਮਾਝੇ ਵਾਲੇ, ਅੰਮ੍ਰਿਤਸਰ ਰੇਲ ਦੁਸਹਿਰੇ ਵਾਲੇ ਦਿਨ ਰੇਲ ਹਾਦਸਾ ਹੋਇਆ ਸੀ, ਮਜਿਸਟਰੇਟੀ ਜਾਂਚ ਹੋਈ, ਜਲ ਜੀਵ ਮਰੇ ਦਰਿਆ ਦੇ ਵਿੱਚ, ਇੱਕ ਕੈਪਟਨ ਤੇ ਬਾਦਲਾਂ ਦੇ ਸਾਂਝੇ ਦੋਸਤ ਦੀ ਫੈਕਟਰੀ ਨੇ ਕੈਮੀਕਲ ਵਾਲਾ ਸੀਰਾ ਸੁੱਟਿਆ, ਲੱਖਾਂ ਜਲ ਜੀਵ ਮਾਰੇ ਗਏ, ਲੱਖਾਂ ਜਲ ਜੀਵ। ਮਜਿਸਟਰੇਟੀ ਜਾਂਚ, ਮੈਨੂੰ ਯਾਦ ਆ ਮੇਰੇ ਤੋਂ ਸਿਆਣੀ ਉਮਰ ਦੇ ਸਤਿਕਾਰਯੋਗ ਸੂਝਵਾਨ ਸੱਜਣ ਬੈਠੇ ਹੋ, ਦੱਸ ਦਿਓ ਜੋ ਕਦੇ ਮਜਿਸਟਰੇਟੀ ਜਾਂਚ ਨੇ ਕਿਸੇ ਦੋਸ਼ੀ ਨੂੰ ਅਦਾਲਤ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ। ਆਈ ਵਾਚ ਹੁਣ ਇੱਥੇ ਕੀ ਆ, ਕਹਿੰਦੇ ਜੀ ਮਜਿਸਟਰੇਟੀ ਜਾਂਚ ਦੇ ਦਿੱਤੀ, ਮਜਿਸਟਰੇਟ ਏਡੀਸੀ ਜਾਂਚ ਅਧਿਕਾਰੀ, ਕੀ ਏਡੀਸੀ ਡੀਸੀ ਦੇ ਖਿਲਾਫ ਕੁਝ ਲਿਖ ਸਕਦਾ ਹੈ, ਦੱਸ ਦਿਓ। ਅਸੀਂ ਹਾਈ ਕੋਰਟ ਜਾਵਾਂਗੇ, ਮੈਂ ਤੁਹਾਨੂੰ ਇਹ ਵਚਨ ਦੇਣ ਵਾਸਤੇ ਤਿਆਰੀ ਕੀਤੀ ਹੈ। ਹਾਈ ਕੋਰਟ ਦੇ ਵਿੱਚ ਜਾ ਕੇ ਦਾਇਰ ਕਰਾਂਗੇ ਪਟੀਸ਼ਨ PIL, ਇਹ ਮਜਿਸਟਰੇਟੀ ਜਾਂਚ ਖਤਮ ਕਰਕੇ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਇੱਕ ਜਾਂਚ ਕਰਾਈ ਜਾਵੇ ਵੀ ਕਿਹੜੇ ਕਿਹੜੇ ਅਫਸਰ ਦੋਸ਼ੀ ਹੈਗੇ, ਜਿਨ੍ਹਾਂ ਨੇ ਆਪਣੀਆਂ ਜੇਬਾਂ ਧੜ ਪੁੱਠੇ ਭਰ ਕੇ ਇਸ ਫੈਕਟਰੀ ਨੂੰ NOC ਦੇ ਲਾਇਸੈਂਸ ਜਾਰੀ ਕੀਤੇ। ਚਾਹੇ ਉਹ DC ਹੈ, ਚਾਹੇ ਉਹ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਹੈ, ਚਾਹੇ SDM ਹੈ, ਚਾਹੇ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੋਈ ਅਧਿਕਾਰੀ ਹੈ, FIR ਦਰਜ ਕਰੋ। ਇੱਕ ਪ੍ਰੈਸੀਡੈਂਟ ਸੈੱਟ ਕਰਨਾ ਪਏਗਾ ਵੀ ਪੰਜਾਬ ਦੇ ਵਿੱਚ ਜੇ ਕੋਈ ਐਸਾ ਦੁਕਾਨ ਜੋ ਪਿਛੋਕੜ ਦੇ ਵਿੱਚ ਵਾਪਰੇ ਹੈ, ਅਸੀਂ ਸੀਖ ਲੈ ਲਈਏ, ਜਾਂਚ ਮੌਜੂਦਾ ਹਾਈਕੋਰਟ ਦਾ ਜੱਜ ਕਰੇ ਤਾਂ ਜੋ ਭਵਿੱਖ ਦੇ ਵਿੱਚ ਐਸੀ ਕੋਈ ਦੁਰਘਟਨਾ ਨਾ ਵਾਪਰ ਸਕੇ। ਲੋਕ ਇਨਸਾਫ ਪਾਰਟੀ ਜ਼ਿੰਦਾਬਾਦ। ਤੇ ਹੁਣ ਸੁਣ ਲਓ, ਜ਼ਿੰਦਾਬਾਦ। ਹੁਣ ਸੁਣ ਲਓ, ਕਹਿੰਦੇ ਬੈਂਸ ਨੂੰ ਗ੍ਰਿਫਤਾਰ ਕਰਨਾ। ਬਾਦਲਾਂ ਦਾ ਇੱਕ ਚੈਨਲ ਆ PTC ਜਿਹੜਾ ਸਵੇਰੇ ਉੱਠਦਾ ਬਾਦਲ ਬਾਦਲ, ਰਾਤ ਨੂੰ ਬੰਦ ਕਰ ਲਓ ਬਾਦਲ ਤੇ ਬੰਦ ਹੁੰਦਾ। ਬੇੜਾ ਬਿਠਾ ਤਾ ਇਸ ਚੈਨਲ ਨੇ, ਸਮਝੇ ਨੀ, ਰੱਸੀ ਜਲ ਗਈ ਪਰ ਬੱਟ ਨਹੀਂ ਗਿਆ। ਇਸ ਚੈਨਲ ਨੇ ਇਹਨਾਂ ਦਾ ਗੁਣਗਾਨ ਕਰਦੇ ਇਹਨਾਂ ਦੀਆਂ ਅੱਖਾਂ ਤੇ ਚਰਬੀ ਦਾ ਪਰਦਾ ਚਾੜ ਦਿੱਤਾ, ਸੁਧਰਿਆ ਨਹੀਂ ਪਰ। ਤੇ ਬੈਂਸ ਡਰਦਾ ਯਾਰ, ਕਹਿੰਦੇ ਬੈਂਸ ਦੇ ਉੱਤੇ ਅਖਬਾਰਾਂ ਵਾਲਿਆਂ ਨੇ ਲਿਖਿਆ, ਕਹਿੰਦੇ ਹੈਬਿਚੁਅਲ ਸੀਰੀਅਲ ਅਫੈਂਡਰ ਹੈ, ਲਗਾਤਾਰ ਕਹਿੰਦੇ ਇਹਦੇ ਤੇ FIR 13 ਦਰਜ। ਤੇ ਹੁਣ ਮੈਂ ਤੁਹਾਨੂੰ FIR ਦੱਸ ਦਿੰਦਾ, ਮੈਂ ਤਾਂ ਉਹ ਸਾਬੇ ਕਮਾਲ ਦਾ ਪੁੱਤ ਹੈ, 4 ਪੁੱਤ ਬਾਰੇ 5ਵੀਂ ਮਹਾਂਵਾਰੀ।
ਵਾਲੇ ਦਾ ਪੁੱਤ ਹੈ ਜਿਹੜਾ ਫਰਮਾ ਕੇ ਗਿਆ, ਚਿੜੀਓ ਸੇ ਮੈਂ ਬਾਜ ਲੜਾਊ, ਗਿੱਦੜੋਂ ਕੋ ਮੈਂ ਸ਼ੇਰ ਬਣਾਊ, ਸਵਾ ਲਾਖ ਸੇ ਏਕ ਲੜਾਊ, ਤਬੇ ਗੋਬਿੰਦ ਸਿੰਘ ਨਾਮ ਕਹਾਊ। ਮੈਂ ਤਾਂ ਉਹਦਾ ਸਿੰਘ ਹਾਂ ਤੇ ਮੈਂ ਬੇਈਮਾਨ ਗਿੱਦੜਾਂ ਤੋਂ ਕਿਵੇਂ ਡਰ ਜਾ? ਕਹਿੰਦੇ 13 FIR ਦਰਜ ਆ, ਹੁਣ ਤੁਹਾਨੂੰ ਮੈਂ FIR ਦੀ ਬੇਨਤੀ ਕਰਾ ਦੇਣਾ ਵੀ ਕਿਹੜੀਆਂ ਦਰਜ। MP ਦੀ ਇਲੈਕਸ਼ਨ ਹੋਈ, ਮੈਂ ਸਵੇਰੇ ਚੋਣ ਪ੍ਰਚਾਰ ਤੇ ਨਿਕਲਣ ਲੱਗਿਆ ਤੇ ਇੱਕ ਨੌਜਵਾਨ ਯੋਧਾ ਜਦੋਂ ਮੈਂ ਗੱਡੀ 'ਚ ਬੈਠਣ ਲੱਗਿਆ ਤੇ 5:30 ਦਾ ਟਾਈਮ ਮੇਰੇ ਕੋਲ ਆ। ਬੈਂਸ ਸਾਹਿਬ ਕਹਿੰਦਾ ਮੇਰਾ ਕੰਮ ਅਤਿਅੰਤ ਜ਼ਰੂਰੀ ਹੈ, ਮੈਂ ਕਰਜ਼ਾ ਫੜ ਕੇ ਸਿਰਫ 2 ਮਸ਼ੀਨਾਂ ਲਾਈਆਂ, 2 ਅੱਡੇ ਲਾਏ ਇਹ ਬੈਂਸ ਤੇ FIR। ਕਹਿੰਦੇ ਜਾਂ ਸਾਡੇ ਨਾਲ ਰਹਿ ਜਾਂ ਸਾਡੇ ਵਰਗੇ ਕੁੱਤੇ ਕੰਮ ਕਰ, ਨਹੀਂ ਤੇਰੇ ਉੱਤੇ FIR ਦਰਜ ਕਰਾਂਗੇ। ਰਾਜਨੀਤੀ ਦੋਸਤੋ ਮੇਰਾ ਧੰਦਾ ਨਹੀਂ, ਮੇਰੀ ਦੇਸ਼ ਭਗਤੀ ਹੈ ਰਾਜਨੀਤੀ, ਮੇਰੇ ਵਾਸਤੇ ਧੰਦਾ ਨਹੀਂ। ਧੰਦਾਗਿਰੀ ਕਰਨ ਵਾਲਿਆਂ ਦੇ ਬਰਖਿਲਾਫ ਇੱਕ ਸੰਘਰਸ਼ ਦਾ ਨਾਮ ਬੈਂਸ ਵਾਸਤੇ ਰਾਜਨੀਤੀ ਹੈ। ਮੈਂ ਜਦੋਂ ਗੱਡੀ 'ਚ ਬੈਠਣ ਲੱਗਿਆ ਤੇ ਉਹ ਨੌਜਵਾਨ ਦੋਸਤ ਮੇਰੇ ਕੋਲ ਆ ਗਿਆ, ਕਹਿੰਦਾ ਜੀ ਮੈਂ 2 ਮਸ਼ੀਨਾਂ ਲਾਈਆਂ ਨੇ, ਲਾਇਸੈਂਸ ਲੈਣਾ ਪੈਂਦਾ ਕਿਉਂਕਿ ਪੋਲੂਸ਼ਨ ਬੋਰਡ ਕੋਈ ਬੈਂਕ ਤੋਂ ਕਰਜ਼ਾ ਕੁਰਜ਼ਾ ਲੈਣਾ ਹੋਵੇ, ਬਿਜਲੀ ਦਾ ਕਨੈਕਸ਼ਨ ਲੈਣਾ ਹੋਵੇ। ਡਾਇਰੈਕਟਰ ਆਫ ਫੈਕਟਰੀ ਚੰਡੀਗੜ੍ਹ ਦੇ ਵਿੱਚ ਦਫ਼ਤਰ ਹੈ, ਡਾਇਰੈਕਟਰ ਆਫ ਇੰਡਸਟਰੀ, ਡਾਇਰੈਕਟਰ ਆਫ ਫੈਕਟਰੀ ਜਿਹੜਾ ਪੂਰੇ ਪੰਜਾਬ ਦੀਆਂ ਫੈਕਟਰੀਆਂ ਦਾ ਡਾਇਰੈਕਟਰ ਆ। ਕਹਿੰਦਾ ਜੀ ਮੈਂ ਫਾਈਲ ਦੇ ਕੇ ਆਇਆ ਤੇ ਸਾਹਿਬ ਨੇ ਮੇਰੇ ਕੋਲ ਪੈਸੇ ਵੱਧ ਮੰਗੇ, ਕਰਦੇ ਕਰਾਉਂਦੇ ਸੌਦਾ ਹੋ ਗਿਆ 25,000 ਰੁਪਏ। ਕਹਿੰਦਾ ਕੱਲ੍ਹ ਮੈਨੂੰ ਸਾਹਿਬ ਦਾ ਫੋਨ ਆਇਆ, ਕਹਿੰਦੇ ਕਾਕਾ ਕੱਲ੍ਹ ਨੂੰ ਮੈਂ ਲੁਧਿਆਣੇ ਆ ਰਿਹਾ, ਆਪਣੇ ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖੀ, ਤੇਰਾ ਕੰਮ ਹੋ ਗਿਆ, ਤੈਨੂੰ ਲੁਧਿਆਣੇ ਹੀ ਫੜਾਂਗਾ। ਹੁਣ ਦੱਸ ਦਿਓ ਵੀ ਬੈਂਸ ਗਲਤ ਹੈ। ਮੈਂ FIR ਦੱਸਣ ਲੱਗਾ ਜਿੱਥੇ ਮੇਰੀ ਗਲਤੀ ਹੋਊ, ਨੀਵੀਂ ਜਗ੍ਹਾ ਬਿਠਾ ਕੇ ਮੇਰੇ ਛਿੱਤਰ ਮਾਰ ਦਿਓ ਸੌ, ਜਿੱਥੇ ਮੈਂ ਗਲਤ ਹੋਵਾਂਗਾ। ਰਾਜਨੀਤੀ ਛੱਡ ਜਾਂਗਾ ਜਿੱਦਣ ਬੈਂਸ ਬੇਈਮਾਨ ਹੋਵੇ। ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹਾਂ, ਮੇਰਾ ਆਖਰੀ ਸਵਾਸ ਹੋਵੇ ਜਿੱਦਣ ਮੈਂ ਬੇਈਮਾਨ ਹੋ ਗਿਆ। ਮੇਰੀਆਂ ਜਗਰਾਉਂ ਮੀਟਿੰਗਾਂ ਰੱਖੀਆਂ, ਜਲਸੇ ਰੱਖੇ ਹੋਏ ਆ, ਮੇਰੇ ਜਗਰਾਉਂ ਦੇ ਵਿੱਚ ਜਲਸੇ ਮੀਟਿੰਗਾਂ ਰੱਖੀਆਂ। ਪਰ ਉਹ ਨੌਜਵਾਨ ਰੋ ਰਿਹਾ ਵੀ ਜੇ 25,000 ਰੁਪਇਆ ਬੈਂਸ ਸਾਹਿਬ ਮੇਰਾ ਚਲਿਆ ਗਿਆ, ਮੇਰੇ 2 ਅੱਡਿਆਂ ਦੀ ਜਿਹੜੀ ਇੱਕ ਕਮਰੇ ਦੇ ਵਿੱਚ ਫੈਕਟਰੀ ਆ ਚੱਲ ਨਹੀਂ ਸਕਣੀ, ਮੈਂ 9:00 ਆਉਣਾ? ਕਹਿੰਦਾ ਜੀ 10:30। ਮੈਂ ਕਿਹਾ ਇੱਦਾਂ ਮੈਂ ਲੁਧਿਆਣੇ ਦੇ ਪ੍ਰੋਗਰਾਮ ਲਾਉਣਾ ਤੇ 10:30 ਆਉਣਾ ਕਿੱਥੇ ਆ? ਕਹਿੰਦਾ ਜੀ ਪ੍ਰੀਤ ਸਿਨਮੇ ਦੇ ਸਾਹਮਣੇ ਸ਼ੈਬਰਨ ਹੋਟਲ, ਸਾਹਮਣੇ ਉੱਥੇ ਆਉਣਾ ਪੈਸੇ ਲੈਣ ਵਾਸਤੇ। ਮੈਂ ਕਿਹਾ ਮੈਂ ਤੇਰੇ ਕੋਲੇ 10:20 ਤੇ ਸ਼ੈਬਰਨ ਹੋਟਲ ਦੇ ਬਾਹਰ ਮੈਂ ਗਿਆ, ਮੁੰਡੇ ਨੇ ਦੱਸਿਆ ਕਹਿੰਦਾ ਜੀ ਸਾਹਿਬ ਅੰਦਰ ਬੈਠਿਆ ਕੌਫੀ ਹਾਊਸ ਦੇ ਵਿੱਚ, ਰੈਸਟੋਰੈਂਟ ਦੇ ਵਿੱਚ। ਮੈਂ ਜਾ ਬੇਟਾ ਦੇ ਪੈਸੇ, ਉਹਦੇ ਜਿਹੜੇ ਨੋਟ ਸੀ ਉਹਨਾਂ ਦੀਆਂ ਫੋਟੋਆਂ ਖਿੱਚ ਲਈਆਂ, ਫੋਟੋ ਕਾਪੀ ਵੀ ਕਰਾ ਕੇ ਰੱਖ ਲਈ। ਉਹਨੇ ਪੈਸੇ ਦਿੱਤੇ ਮੈਨੂੰ, ਮਿਸ ਕਾਲ ਕੀਤੀ ਮੁੰਡੇ ਨੇ, ਮੈਂ ਅੰਦਰ ਚਲਿਆ ਗਿਆ। ਜਦੋਂ ਮੈਂ ਅੰਦਰ ਗਿਆ, ਲਾਈਵ ਦੇਖ ਸਕਦੇ ਹੋ ਮੇਰੇ ਪੇਜ ਦੇ ਉੱਤੇ ਹੈ, ਕੋਈ ਇੱਕ ਸ਼ਬਦ ਝੂਠਾ ਹੋਵੇ ਮੈਂ ਸਜ਼ਾ ਦਾ ਹੱਕਦਾਰ। ਮੈਂ ਕਿਹਾ ਮੈਂ ਡਾਇਰੈਕਟਰ ਸਾਹਿਬ, ਮੈਨੂੰ ਦੇਖ ਕੇ ਡਾਇਰੈਕਟਰ ਦੇ ਤੋਤੇ ਹੋ ਗਏ, ਉਹ ਬੈਂਸ ਦੇ ਮੋਢਿਆਂ ਤੇ ਕਿਹੜਾ ਕੋਈ ਬੰਦੂਕ ਬੀੜੀ ਹੈ, ਸੱਚਾਈ ਹੈ ਜਿਹੜੀਆਂ ਤੁਹਾਡੀਆਂ ਦੁਆਵਾਂ ਤੇ ਅਸੀਸਾਂ ਸਦਕਾ ਦਲੇਰੀ ਬਖਸ਼ਿਸ਼ ਕੀਤੀ ਆ ਸਤਿਗੁਰ ਨੇ, ਉਹ ਕੋਈ ਬੰਦੂਕ ਨਹੀਂ। ਮੈਂ ਡਾਇਰੈਕਟਰ ਸਾਹਿਬ ਆ ਨੌਜਵਾਨ ਮੁੰਡੇ ਦਾ 25,000 ਰੁਪਇਆ ਤੁਹਾਡੀ ਜੇਬ 'ਚ ਕੱਢੋ ਬਾਹਰ। ਡਾਇਰੈਕਟਰ ਦੇ ਤਾਂ ਹੱਥਾਂ ਪੈਰਾਂ ਦੀ ਪੈ ਗਈ, ਫਟਾਫਟ ਜੇਬ ਦੇ ਵਿੱਚੋਂ 25,000 ਕੱਢਦਾ, ਕੱਢ ਕੇ ਫੜਾਉਂਦਾ, ਕਹਿੰਦਾ ਲਓ ਬੈਂਸ ਸਾਹਿਬ ਫੜੋ। ਮੈਂ ਕਾਕਾ ਨੰਬਰ ਚੈੱਕ ਕਰ, ਇਹੀ ਨੋਟ ਹੈ। ਉਹ ਚੈੱਕ ਕੀਤੇ ਤੇ ਡਾਇਰੈਕਟਰ ਸਾਹਿਬ ਮੈਨੂੰ ਕੀ ਕਹਿੰਦਾ, ਕੈਮਰੇ ਚੱਲ ਰਹੇ ਆ, ਲਾਈਵ ਬਣ ਰਿਹਾ। ਡਾਇਰੈਕਟਰ ਮੈਨੂੰ ਕਹਿੰਦਾ ਬੈਂਸ ਸਾਹਿਬ ਆ ਕੈਮਰੇ ਬੰਦ ਕਰਾ ਦਿਓ। ਮੈਂ ਡਾਇਰੈਕਟਰ ਸਾਹਿਬ ਜਿੱਦਣ ਤੂੰ ਇਮਾਨਦਾਰ ਹੋ ਜਾਏਗਾ ਉਦਣ ਇਹ ਕੈਮਰਾ ਆਪਣੇ ਆਪ ਬੰਦ ਹੋ ਜਾਣਾ, ਕੈਮਰਾ ਆਨ ਕਰਨ ਦੀ ਜ਼ਰੂਰਤ ਨਹੀਂ ਸਾਨੂੰ। ਦੋਸਤੋ ਮੈਂ ਪੁੱਛਿਆ, ਮੈਂ ਸਾਹਿਬ
ਤੁਹਾਡੀ ਤਨਖਾਹ ਕਿੰਨੀ ਹੈ? ਹੈਰਾਨ ਰਹਿ ਜਾਓਗੇ, ਤਨਖਾਹ ਸਾਹਿਬ ਨੇ ਦੱਸੀ 1.5 ਲੱਖ ਰੁਪਇਆ ਮਹੀਨਾ। 1.5 ਲੱਖ ਲੈਣ ਵਾਲਾ ਇੱਕ ਬੇਰੁਜ਼ਗਾਰ, ਜਿਹਨੂੰ ਸਰਕਾਰਾਂ ਕਹਿੰਦੀਆਂ ਨੇ ਸਵੈ ਰੁਜ਼ਗਾਰ ਯੋਜਨਾ, ਸੈਲਫ ਇੰਪਲਾਇਮੈਂਟ ਯੋਜਨਾ, ਮੁੱਖ ਮੰਤਰੀ ਦੀ, ਪ੍ਰਧਾਨ ਮੰਤਰੀ ਦੀ, ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਤੇ ਇੱਕ ਬੇਰੁਜ਼ਗਾਰ ਦੇ ਕੋਲ 25,000 ਰੁਪਇਆ ਲੈ ਰਿਹਾ। ਬੈਂਸ ਜਾਵੇ ਬੈਂਕਾਂ ਦੇ ਵਿੱਚ ਸੱਗੀ ਚੋਰੀ ਬੇਈਮਾਨੀ ਸਾਹਮਣੇ ਮੀਡੀਆ ਦੀ ਹਾਜ਼ਰੀ ਦੇ ਵਿੱਚ ਐਕਸਪੋਜ਼ ਕਰੇ। FIR ਕਿਸੇ ਬੇਈਮਾਨ ਤੇ ਨਹੀਂ, ਬੈਂਸ ਦੇ ਉੱਤੇ ਹੁੰਦੀ ਹੈ। ਬੈਂਸ ਦੇ ਉੱਤੇ ਬੈਂਸ ਜਾਵੇ ਪਾਸਪੋਰਟ ਦਫ਼ਤਰ ਚ ਕਿਸੇ ਮਾਤਰ ਦੀ ਰਿਸ਼ਵਤ ਲਾਉਣ ਵਾਸਤੇ ਮੀਡੀਆ ਦੀ ਹਾਜ਼ਰੀ ਦੇ ਵਿੱਚ ਰਿਸ਼ਵਤ ਹੋਵੇ ਵਾਪਸ। ਕਦੇ ਬੇਈਮਾਨ ਅਫਸਰ ਤੇ ਕਾਰਵਾਈ ਨਹੀਂ ਹੋਈ, ਬੈਂਸ ਦੇ ਉੱਤੇ ਕਾਰਵਾਈ ਹੁੰਦੀ ਹੈ। ਅੰਮ੍ਰਿਤਸਰ ਦੇ ਵਿੱਚ ਕੁੜੀ ਲਾ ਕਰਦੀ ਹੈ, ਅੰਮ੍ਰਿਤਸਰ ਦੇ ਵਿੱਚ ਰਣਜੀਤ ਕੌਰ ਨਾਮ ਦੀ ਕੁੜੀ ਕਾਨੂੰਨ ਦੀ ਪੜ੍ਹਾਈ ਕਰਦੀ ਹੈ, ਇੱਕ ਆਈ ਜੀ ਉਹਦਾ ਰੇਪ ਕਰਦਾ, ਬਲਾਤਕਾਰ ਕਰਦਾ ਹੈ, ਤੇ ਰਾਹ ਦੇ ਵਿੱਚ ਅੰਮ੍ਰਿਤਸਰ ਤੋਂ ਲੁਧਿਆਣੇ ਤੱਕ ਕਿੰਨੇ MP MLA ਤੇ ਮੰਤਰੀ ਹੈ, ਪਰ ਉਹ ਧੀ ਦਾ ਵਿਸ਼ਵਾਸ, ਉਸ ਭੈਣ ਦਾ ਵਿਸ਼ਵਾਸ ਵੀ ਲੁਧਿਆਣੇ ਦੇ ਵਿੱਚ ਇੱਕ ਬਾਰਸ ਬੈਠਾ ਸਾਡੇ ਸ਼ਹੀਦਾਂ ਦਾ, ਜਿਹੜਾ ਇਹਨਾਂ ਬੇਈਮਾਨਾਂ ਨੂੰ ਨਕੇਲ ਪਾਉਂਦਾ। ਆਈ ਜੀ ਦੇ ਉੱਤੇ FIR ਦਰਜ ਹੁੰਦਾ ਹੈ, ਟਾਲੀ ਨਾਮ ਦੀ ਕੁੜੀ ਲੁਧਿਆਣੇ ਦੀ। ਇਹ ਕੁੜੀਆਂ, ਇਹ ਧੀਆਂ ਮੇਰੀਆਂ ਰਿਸ਼ਤੇਦਾਰ ਨਹੀਂ, ਜਿਹੜੇ ਭ੍ਰਿਸ਼ਟਾਚਾਰ ਤੋਂ ਪੀੜਿਤ ਲੋਕ ਆਉਂਦੇ ਆ, ਮੇਰੇ ਰਿਸ਼ਤੇਦਾਰ ਨਹੀਂ, ਮੇਰੇ ਪਰਿਵਾਰ ਦੇ ਮੈਂਬਰ ਨਹੀਂ, ਜਾਣਗੇ ਕਿੱਥੇ? ਜਿਹੜੇ ਅਫਸਰਾਂ ਦਫ਼ਤਰਾਂ ਦੇ ਵਿੱਚ ਅਫਸਰ ਬੈਠਾ, ਜਿਵੇਂ DC ਸਾਹਿਬ ਦਾ, ਤਾਜ਼ਾ ਘਟਨਾਕ੍ਰਮ ਤੁਹਾਡੇ ਸਾਹਮਣੇ। ਤੁਸੀਂ ਕੋਈ ਬੰਦਾ ਮੈਨੂੰ ਦੱਸ ਦਿਓ, ਪਟਵਾਰੀ ਤੋਂ ਲੈ ਕੇ DC ਤੱਕ, ਹੋਮ ਗਾਰਡੀਏ ਤੋਂ ਲੈ ਕੇ SSP ਤੱਕ, ਕਿਸੇ ਨੇ ਕਿਸੇ ਕੰਮ ਠੀਕ ਕੀਤਾ ਹੋਵੇ? ਪੰਚਾਇਤਾਂ ਮੋਤਵਾਰ ਸੱਜਣ ਬੈਠੇ ਹੋ, ਕੋਈ ਸੱਜਣ ਦੱਸ ਦਿਓ ਤੁਸੀਂ, SDM DC SSP ਕਿਸੇ XCNSC ਦੇ ਦਫ਼ਤਰ 'ਚ ਜਾਂਦੇ ਹੋ, ਕਦੇ ਤੁਹਾਡੇ ਨਾਲ ਹੱਥ ਮਿਲਾਇਆ ਕਿਸੇ ਅਫਸਰ ਨੇ? ਤੁਹਾਡੀ ਸਤਿ ਸ੍ਰੀ ਅਕਾਲ ਵੀ ਕਬੂਲ ਨਹੀਂ ਕਰਦੇ, ਸਤਿ ਸ੍ਰੀ ਅਕਾਲ ਵੀ ਕਬੂਲ ਨਹੀਂ ਕਰਦੇ, ਉਹ ਤੁਹਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ। ਦੇਸ਼ ਆਜ਼ਾਦ ਹੋ ਗਿਆ, ਪਰ ਉਹ ਅੱਜ ਵੀ ਸਮਝਦੇ ਆ ਕਿ ਅਸੀਂ ਗੁਲਾਮ ਦੇਸ਼ ਦੇ ਲੋਕਾਂ ਦੇ ਜਿਹੜੇ ਸ਼ਾਸਕ ਬਣੇ ਹੋਏ ਆ। ਗਲਤ ਫਹਿਮੀ ਦੂਰ ਕਰ ਦਿਆਂਗੇ। ਗੁਰੂ ਦੇ ਘਰ ਦੇ ਵਿੱਚ ਦੇਰ ਆ ਦੇਰ ਨਹੀਂ, 100 ਦਿਨ ਚੋਰ ਦਾ, 100 ਦਿਨ ਚੋਰ ਦਾ ਆਊਗਾ ਜ਼ਰੂਰ ਪੰਜਾਬ ਦੇ ਵਿੱਚ DVC। ਉਹ ਲੋਕ ਜਿਹੜੇ ਕਹਿੰਦੇ ਸੀ ਕਿ ਹਿੰਦੂ ਤੇ ਸਿੱਖ ਦੇ ਨਾਮ ਦੇ ਉੱਤੇ ਵੋਟਾਂ ਮੰਗੋ, ਕਹਿੰਦੇ ਸੀ ਇਹਨਾਂ, ਕਹਿੰਦੇ ਇੱਥੇ ਹਿੰਦੂ ਵੋਟਰ ਜ਼ਿਆਦਾ, ਇੱਥੇ ਹਿੰਦੂ ਨੂੰ ਟਿਕਟ ਦੇ ਦੇ, ਇੱਥੇ ਸਿੱਖ ਜ਼ਿਆਦਾ ਆ, ਇੱਥੇ ਕਿਸੇ ਸਿੱਖ ਨੂੰ ਜਿਹੜੀ ਆ ਵੋਟ ਲੈਣ ਵਾਸਤੇ ਉਮੀਦਵਾਰੀ ਦੇ ਦਿਓ। ਆ ਤੁਹਾਡੇ ਸਾਹਮਣੇ ਖੜਿਆ ਜਸਟਰ ਬਲਵਿੰਦਰ ਸਿੰਘ ਬੈਂਸ, ਦੱਖਣੀ ਲੁਧਿਆਣਾ ਜਿੱਥੇ 70% ਹਿੰਦੂ ਵੋਟਰ ਹੈ, ਦੂਜੀ ਵਾਰੀ ਜਿਤਾ ਕੇ ਭੇਜੇ। ਉਹ ਸਮਾਂ ਖਤਮ ਹੋ ਗਿਆ ਇਹਨਾਂ ਲੂੰਬੜਾਂ ਦਾ, ਜਦੋਂ ਸਾਡੇ ਕੋਲੇ ਸੋਸ਼ਲ ਮੀਡੀਆ ਨਹੀਂ ਸੀਗਾ, ਅਖਬਾਰਾਂ ਹੁੰਦੀਆਂ ਸੀ ਨਾ ਦਾ ਦੋਸਤੋ, ਸਵਾ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ, ਨਾ ਆਪਣੇ ਵਰਗੇ ਬੰਦਿਆਂ ਦੇ ਕੋਲੇ ਅਖਬਾਰਾਂ ਦੇ ਫੁੱਲ ਪੇਜ ਖਰੀਦਣ ਲਈ ਪੈਸੇ ਹੁੰਦੇ ਸੀ, ਤੇ ਨਾ TV ਦਾ ਪ੍ਰਾਈਮ ਟਾਈਮ ਖਰੀਦਣ ਵਾਸਤੇ ਪੈਸੇ ਹੁੰਦੇ ਸੀ। ਇਹ ਤਾਂ ਸੋਸ਼ਲ ਮੀਡੀਆ ਆ ਗਿਆ ਨਹੀਂ, ਇਹ ਸਿਮਰਜੀਤ ਬੈਂਸ ਦੀ ਆਵਾਜ਼ ਚੰਦ ਗਲੀਆਂ ਤੱਕ ਸੀਮਤ ਰਹਿੰਦੀ, ਚੰਦ ਗਲੀਆਂ ਤੱਕ ਸੀਮਤ ਰਹਿੰਦੀ। ਡੋਲੀ ਮੇਰੀ ਕੁੜੀ ਜਿਹੜੀ ਮੇਰੀ ਕੋਈ ਰਿਸ਼ਤੇਦਾਰ ਨਹੀਂ, ਮੇਰੇ ਕੋਲ ਟੱਬਰ ਆਉਂਦਾ ਹੈ, ਜਦੋਂ ਮੰਤਰੀ ਦੇ ਸਾਹਮਣੇ ਇਜ਼ਹਾਰ ਕਰਦੀ ਹੈ ਕਿ ਮੈਨੂੰ ਇੱਕ ਪੁਲਿਸ ਦੇ SP ਨੇ ਚਿੱਟੇ ਤੇ ਲਾਇਆ, ਉਹ ਆ ਕੇ ਦੱਸਦੀ ਹੈ ਕਿ ਚਿੱਟੇ ਤੇ ਲਾਉਣ ਤੋਂ ਬਾਅਦ ਜਦੋਂ ਮੈਂ 3-4 ਮਹੀਨਿਆਂ ਬਾਅਦ ਚਿੱਟੇ ਦੀ ਆਦੀ ਹੋ ਜਾਂਦੀ ਹੈ, ਫਿਰ ਉਹ ਕਹਿੰਦਾ ਆਪਣੇ ਕਾਲਜ ਦੀਆਂ ਸਹੇਲੀਆਂ ਲੈ ਕੇ ਆਇਆ ਕਰ, ਚਿੱਟਾ ਵੇਚਾਂਗੇ ਕੁੜੀਆਂ, ਤੈਨੂੰ ਹਿੱਸਾ ਦਿਆ ਕਰਾਂਗਾ ਚਿੱਟੇ ਕਮਾਈ ਦੇ ਵਿੱਚ, ਤੇ ਉਹ
ਕੈਪਟਨ ਜਿਹੜਾ ਪਵਿੱਤਰ ਗੁਟਕਾ ਸਾਹਿਬ ਹੱਥ ਕੇ ਫੜ ਕੇ ਮੱਥੇ ਨੂੰ ਲਾ ਕੇ ਸੌ ਚੱਕਦਾ ਸੀ ਕਿ ਮੈਂ ਚਾਰ ਹਫ਼ਤਿਆਂ ਦੇ ਵਿੱਚ ਚਿੱਟਾ ਖਤਮ ਕਰੂੰਗਾ। ਇੱਕ ਧੀ ਬਿਆਨ ਕਰੇ ਤੇ ਦੋਸਤੋ ਪਹਿਲਾਂ ਲਾਇਆ ਉਸ ਐਸ ਪੀ ਦੀ ਪਰਚੀ ਉਤਰੀ ਜਿਸ ਵਿੱਚ ਹੋਇਆ ਪੁਲਿਸ ਚੋਂ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਬੰਦ ਹੋ ਐਸ ਪੀ ਮੇਰਾ ਦੁਸ਼ਮਣ ਨਹੀਂ ਤੇ ਧੀ ਮੇਰੀ ਰਿਸ਼ਤੇਦਾਰ ਨਹੀਂ। ਜਿਹੜੇ ਇਮਾਨਦਾਰ ਕੁਰਸੀ ਹੈ ਉਹਨਾਂ ਨੂੰ ਮਾਰਦਿਆਂ ਸਲੂਟ ਵੀ ਦੋਸਤਾਂ ਤੇਰੀ ਇਮਾਨਦਾਰੀ ਕਰਕੇ ਮਾੜਾ ਮੋਟਾ ਸਿਸਟਮ ਰੁੜ ਰਿਹਾ। ਸੋ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਇਆ ਡਰਨ ਵਾਲੇ ਨਹੀਂ ਡਰਿਓ ਨਾ ਐਫ ਆਈ ਆਰ ਮੇਰੇ ਤੇ ਦਰਜ ਹੋਈ ਹੈ। ਐਫ ਆਈ ਆਰ ਜਿੱਦਣ ਦੀ ਐਫ ਆਈ ਆਰ ਦਰਜ ਹੋਈ ਹੈ ਨਾ ਸੱਚ ਜਾਣਿਓ ਮੈਨੂੰ ਨਾਨਕੇ ਪਿੰਡ ਜਿਵੇਂ ਛੁੱਟੀਆਂ 'ਚ ਜਾਣ ਦਾ ਚਾਅ ਹੁੰਦਾ ਸੀ ਮੈਨੂੰ ਚਾਅ ਚੜਿਆ ਹੋਇਆ ਮੈਨੂੰ ਪੱਤਰਕਾਰ ਦੋਸਤ ਕੀ ਪੁੱਛਦੇ ਆ ਮੈਨੂੰ ਪੱਤਰਕਾਰ ਦੋਸਤ ਪੁੱਛਦੇ ਆ ਕਹਿੰਦੇ ਬੈਂਸ ਸਾਹਿਬ ਫਿਰ ਤੂੰ ਜ਼ਮਾਨਤ ਕਿਉਂ ਲਾਈ ਮੇਰੇ ਤੇ ਜਿੰਨੇ ਝੂਠੇ ਐਫ ਆਈ ਆਰ ਦਰਜ ਹੋਏ ਮੈਨੂੰ ਨਿਆਂ ਦੀ ਕੁਰਸੀ ਤੇ ਬੈਠੇ ਜੱਜ ਦੇ ਉੱਤੇ ਵਿਸ਼ਵਾਸ ਅਦਾਲਤ ਮੇਰੇ ਵਾਸਤੇ ਮੰਦਿਰ ਤੇ ਗੁਰਦੁਆਰਾ ਜੱਜ ਸਾਹਿਬਾਨ ਸਾਡੇ ਸਮਾਜ ਦੇ ਵਿੱਚੋਂ ਹੈ ਉਹਨਾਂ ਨੂੰ ਸੱਚ ਪਤਾ ਉਹਨਾਂ ਨੂੰ ਝੂਠ ਪਤਾ ਉਹਨਾਂ ਨੂੰ ਪਤਾ ਵੀ ਕੌਣ ਬੇਈਮਾਨ ਆ ਤੇ ਕੌਣ ਇਮਾਨਦਾਰ ਝੂਠਾ ਮੁਕਦਮਾ ਦਰਜ ਹੋਇਆ ਮੇਰਾ ਰਾਈਟ ਹੈ ਕਿ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਬੇਲ ਲਵਾਂ ਕਾਨੂੰਨੀ ਲੜਾਈ ਲੜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੇਰੇ ਉੱਤੇ 13 ਸੀ ਹਰ ਸਾਲ ਦੋ ਤਿੰਨ ਦਰਜ ਹੁੰਦੇ ਆ ਦੋ ਤਿੰਨ ਮੁਕੱਦਮਿਆਂ ਦੇ ਵਿੱਚੋਂ ਸਤਿਕਾਰਯੋਗ ਨਿਆਂ ਦੀ ਕੁਰਸੀ ਤੇ ਬੈਠੇ ਜੱਜ ਸਵਾਨ ਨੂੰ ਬਰੀ ਕਰ ਦਿੰਦੇ ਤੇ ਹੁਣ ਤੁਸੀਂ ਦੱਸੋ ਪੰਜਾਬ ਦੇ ਅੰਦਰ ਕਿਹੜਾ ਹੋਰ ਲੀਡਰ ਹੈ ਮੈਂ ਸਤਿਕਾਰ ਕਰਦਾ ਮੈਂ ਕਿਸੇ ਦਾ ਵੈਰੀ ਵਿਰੋਧੀ ਨਹੀਂ ਦੁਸ਼ਮਣ ਨਹੀਂ ਮੈਂ ਸਤਿਕਾਰ ਕਰਦਾ ਇਮਾਨਦਾਰੀ ਦਾ ਮੈਂ ਸਤਿਕਾਰ ਕਰਦਾ ਉਸ ਲੀਡਰ ਦਾ ਅਫਸਰ ਦਾ ਜਿਹੜਾ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਕਰਦਾ ਸੋ ਅਸੀਂ ਅੱਜ ਆਪਾਂ ਸਾਰੇ ਇੰਨੀ ਗਰਮੀ ਦੇ ਵਿੱਚ ਇਕੱਠੇ ਹੋਏ ਹਾਂ ਕਿ ਇਸ ਪੀੜਿਤ ਪਰਿਵਾਰ ਨੂੰ ਨਿਆਂ ਦਿਵਾਉਣਾ ਨਿਆਂ ਪੀੜਿਤ ਪਰਿਵਾਰ ਬੈਠਿਆ ਡੀ ਸੀ ਸਾਹਿਬ ਇਹ ਗੱਲ ਕੰਨ ਖੋਲ ਕੇ ਸੁਣ ਲੈ 24 ਮੌਤਾਂ ਦਾ ਬਦਲਾ ਲੈਣਾ ਬਦਲਾ ਕਾਨੂੰਨਾਂ ਲੜਾਈ ਲੜਦੇ ਹੋਏ ਕਾਨੂੰਨਾਂ ਲੜਾਈ ਲੜਦੇ ਇਹਨਾਂ ਪੀੜਤ ਪਰਿਵਾਰਾਂ ਵੱਲੋਂ ਡਿਊਟੀ ਦੇ ਵਿੱਚ ਨਗੈਲੀ ਦੇ ਮੁਕੱਦਮੇ ਇਸਤਗਾਸੇ ਦੇ ਰੂਪ ਦੇ ਵਿੱਚ ਅਦਾਲਤ ਦੇ ਵਿੱਚ ਦਰਜ ਕਰਾਉਣੇ ਲੋਕ ਇਨਸਾਫ਼ ਪਾਰਟੀ ਦੀ ਡਿਊਟੀ ਕੋਈ ਤੁਹਾਨੂੰ ਵਕੀਲ ਕਰਨ ਦੀ ਜ਼ਰੂਰਤ ਨਹੀਂ ਸੈਸ਼ਨ ਤੋਂ ਬਾਅਦ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਜਾਣਾ ਪਿਆ ਲੋਕ ਇਨਸਾਫ਼ ਪਾਰਟੀ ਤੁਹਾਡੇ ਨਾਲ ਖੜ ਕੇ ਕੇਸ ਲੜੂਗੀ ਸੋ ਅੱਜ ਦੇ ਦੋ ਮਤੇ ਪਾਸ ਕਰਾਉਣੇ ਹੱਥ ਖੜੇ ਕਰਕੇ ਦੋ ਮਤਿਆਂ ਨੂੰ ਤੁਸੀਂ ਪ੍ਰਵਾਨਗੀ ਦੇਣੀ ਹੈ ਪਹਿਲਾ ਮਤਾ ਜੈਦਾਰ ਸਾਹਿਬ ਕੋਲੋਂ 20 ਕਿਹਾ ਗਿਆ 20 ਨਹੀਂ ਕਈ ਵਾਰੀ ਸਲਿੱਪ ਹੋ ਜਾਂਦਾ ਮੈਂ ਜਿੱਦਣ ਪਹਿਲੇ ਦਿਨ ਬਟਾਲੇ ਆਇਆ ਸੀ ਪਹਿਲਾ ਸਾਡਾ ਪ੍ਰਸਤਾਵ ਸੰਗਤ ਦੇ ਸਾਹਮਣੇ ਤੁਹਾਡੀ ਪ੍ਰਵਾਨਗੀ ਵਾਸਤੇ ਪਹਿਲਾ ਪ੍ਰਸਤਾਵ ਪੀੜਤ ਪਰਿਵਾਰਾਂ ਦੇ ਮ੍ਰਿਤਕ ਪਰਿਵਾਰਾਂ ਦੇ ਪੀੜਤ ਟੱਬਰਾਂ ਨੂੰ 50 ਲੱਖ ਰੁਪਇਆ ਵਿੱਤੀ ਮਦਦ ਤੁਰੰਤ ਦਿੱਤੀ ਜਾਵੇ ਸਰਕਾਰ ਵੱਲੋਂ ਇੱਕ ਇੱਕ ਸਰਕਾਰੀ ਨੌਕਰੀ ਇਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਪੁੱਤ ਭਰਾ ਜਾਂ ਧੀਆਂ ਨੂੰ ਪਤਨੀ ਨੂੰ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਦੂਸਰਾ ਮਤਾ ਮਜਿਸਟਰੇਟੀ ਜਾਂਚ ਵਾਪਸ ਸਰਕਾਰ ਨੂੰ ਮਜਿਸਟਰੇਟੀ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਸਭ ਪਤਾ
ਅਮਲ ਹੈ, ਚਾਹੇ ਉਹ ਡੀਸੀ ਹੈ ਤੇ ਚਾਹੇ ਉਹ ਕੋਈ ਥੜੇ ਦਰਜੇ ਦਾ ਸੰਬੰਧਤ ਇਸ ਦੁਖਾਂਤ ਲਈ ਜ਼ਿੰਮੇਵਾਰ ਅਫਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ। ਦੋਸਤੋ ਗੁਰੂ ਪਿਆਰੇ, ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਕਿਹਾ ਹੈ ਕਿ ਜਿਹੜੇ ਵੀ ਰੁਤਬੇ ਦੇ ਉੱਤੇ ਪਰਮਾਤਮਾ ਨੇ ਸਾਨੂੰ ਵਿਰਾਜਮਾਨ ਕੀਤਾ ਹੈ, ਬੇਸ਼ੱਕ ਅਸੀਂ ਕਿਸੇ ਸਿਆਸੀ ਕੁਰਸੀ 'ਤੇ ਬੈਠੇ ਹਾਂ ਜਾਂ ਧਾਰਮਿਕ ਆਗੂ ਹਾਂ, ਸਾਨੂੰ ਆਪਣੇ ਰੁਤਬੇ ਦੀ ਗਰਿਮਾ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਹਮੇਸ਼ਾ ਲੋਕਾਂ ਦੇ ਹਿੱਤਾਂ ਦੇ ਵਿੱਚ ਫੈਸਲੇ ਲੈਣੇ ਚਾਹੀਦੇ ਨੇ, ਸਰਬੱਤ ਦੇ ਭਲੇ ਦਾ ਕਾਰਜ ਉਲੀਕਣਾ ਚਾਹੀਦਾ ਹੈ, ਮਨੁੱਖਤਾ ਦੀ ਸੇਵਾ ਵਾਸਤੇ ਜੁਟਣਾ ਚਾਹੀਦਾ ਹੈ। ਪਰ ਕਈ ਅਹੁਦੇਦਾਰ ਆਪਣੇ ਅਹੁਦਿਆਂ 'ਤੇ ਬੈਠ ਕੇ ਇਹ ਸਭ ਫਲਸਫੇ ਭੁੱਲ ਜਾਂਦੇ ਨੇ, ਉਹਨਾਂ ਨੂੰ ਅਗਰ ਯਾਦ ਰਹਿੰਦਾ ਹੈ ਤਾਂ ਸਿਰਫ ਆਪਣੇ ਨਿੱਜ ਯਾਦ ਰਹਿੰਦੇ ਨੇ, ਜਿੱਦਾਂ ਅੱਜ ਪੰਜਾਬ ਦੀ ਸਿਆਸਤ ਵਿੱਚ ਬਹੁਤਾਤ ਸਿਆਸਤਦਾਨ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਕਦੀ ਆਪਣੇ ਨਿੱਜਾਂ ਤੋਂ ਉੱਤੇ ਉੱਠ ਕੇ ਕੰਮ ਕਰਨਾ ਸਿੱਖਿਆ ਹੀ ਨਹੀਂ, ਅਤੇ ਜਿਹੜੇ ਆਪਣੇ ਨਿੱਜਾਂ ਤੋਂ ਉੱਤੇ ਉੱਠ ਕੇ ਕੰਮ ਕਰ ਰਹੇ ਨੇ ਉਹਨਾਂ ਉੱਤੇ ਕੋਈ ਨਾ ਕੋਈ ਗਾਜ ਗੇਰ ਕੇ ਉਹਨਾਂ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਘਟੀਆ ਸਿਆਸਤਦਾਨਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੀ ਆਵਾਮ ਦੀ ਜ਼ਮੀਰ ਅਜੇ ਤੱਕ ਮਰੀ ਨਹੀਂ, ਉਹਨਾਂ ਵਾਂਗ ਅਜੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਬਹੁਤ ਜਿਉਂਦੇ ਬੈਠੇ ਨੇ ਜੋ ਉਹਨਾਂ ਨੂੰ ਉਹਨਾਂ ਦੇ ਘਟੀਆ ਮਨਸੂਬਿਆਂ ਦੇ ਵਿੱਚ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਪੰਜਾਬ ਨੂੰ ਪੰਜਾਬ ਦਾ ਹਰ ਬਣਦਾ ਹੱਕ ਦਵਾ ਕੇ ਹੀ ਸਾਹ ਲੈਣਗੇ। ਫਿਰ ਗੱਲ ਚਾਹੇ ਪੰਜਾਬ ਦੀ ਜਵਾਨੀ ਦੀ ਹੋਵੇ, ਕਿਸਾਨੀ ਦੀ ਹੋਵੇ, ਪੰਜਾਬ ਦੇ ਪਾਣੀ ਦੀ ਹੋਵੇ ਜਾਂ ਪੰਜਾਬੀ ਮਾਂ ਬੋਲੀ ਦੀ ਹੋਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੀ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।